ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੇ ਐਮ ਅਕੈਡਮੀ ਗ੍ਰੇਸ਼ਨ ਦੇ ਇਸ ਯੂਟਿਊਬ ਚੈਨਲ ਦੇ ਉੱਪਰ। ਅੱਜ ਆਪਾਂ ਖਾਸ ਗੱਲ ਕਰਨੀ ਆ ਸਟੂਡੈਂਟ ਵੀਜ਼ਾ ਦੀਆਂ ਫਾਇਲਸ ਨੂੰ ਲੈ ਕੇ ਔਰ ਉਹ 'ਚ ਵੀ ਖਾਸ ਰਿਜ਼ਲਟਸ ਨੂੰ ਲੈ ਕੇ, ਕਿੱਦਾਂ ਦੇ ਰਿਜ਼ਲਟਸ ਆ ਰਹੇ ਨੇ, ਕਿਹੜੇ ਸਟੂਡੈਂਟਸ ਨੂੰ PPR ਮਿਲ ਰਹੇ ਨੇ, ਕਿਹੜੇ ਸਟੂਡੈਂਟਸ ਨੂੰ ਰਿਫਿਊਜ਼ਲ ਦੇਖਣ ਨੂੰ ਮਿਲ ਰਿਹਾ ਵਾ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਮੈਂਬਰ ਹਾਂ CICC ਦਾ। ਰਿਜ਼ਲਟਸ ਰੈਗੂਲਰਲੀ ਸਟੂਡੈਂਟਸ ਦੇ ਆ ਰਹੇ ਨੇ, ਹੁਣ ਈਵਨ ਮਾਰਚ ਦੇ ਮਿਡਲ ਤੱਕ ਰਿਜ਼ਲਟਸ ਜਿਹੜੇ ਨੇ ਉਹ ਆ ਗਏ ਨੇ, 18-19 ਮਾਰਚ ਤੱਕ ਦੇ ਰਿਜ਼ਲਟਸ ਆ ਗਏ ਨੇ। ਪਰ ਨਾਲ ਦੀ ਨਾਲ ਫੈਬਰੇਰੀ ਜਨਵਰੀ ਵਾਲੇ ਕੁਝ ਸਟੂਡੈਂਟਸ ਵੀ ਹਲੇ ਸਟਿਲ ਵੇਟ ਕਰ ਰਹੇ ਨੇ, ਜਿਨ੍ਹਾਂ ਦੀ ਫਾਈਲ ਦੇ ਉੱਪਰ ਪ੍ਰੋਸੈਸਿੰਗ ਚੱਲ ਰਹੀ ਹੈ। ਐਵਰੇਜ ਟਾਈਮ 100 ਤੋਂ ਲੈ ਕੇ 120 ਦਿਨ ਲੱਗ ਰਿਹਾ ਵਾ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਦੇ ਉੱਪਰ। ਰਿਜ਼ਲਟਸ SDS ਤਾਂ ਬਹੁਤ ਚੰਗੇ ਆ ਰਹੇ ਨੇ, ਕਾਫੀ PPR ਰਿਕੁਐਸਟ ਆ ਗਈਆਂ ਨੇ, ਬਹੁਤ ਸਟੂਡੈਂਟਸ ਨੂੰ ਵੀਜ਼ਾ ਅਪਰੂਵਲ ਦੇਖਣ ਨੂੰ ਮਿਲ ਰਹੇ ਨੇ। ਇਹਦੇ ਵਿੱਚ ਨਾ ਜਿਹੜੇ ਜਿਨ੍ਹਾਂ ਦੇ ਪ੍ਰੋਫਾਈਲ ਚੰਗੇ ਨੇ, ਪਾਸ ਪਰਸੈਂਟੇਜ ਚੰਗੀ ਔਰ ਆਇਲਸ ਦੇ ਬੈਂਡ STS ਕੈਟੇਗਰੀ ਫਾਲ ਕਰਦੇ ਨੇ, ਉੱਥੇ ਤਾਂ PPR ਦੇਖਣ ਨੂੰ ਮਿਲ ਰਹੀ ਆ। ਈਵਨ ਕੁਛ ਐਵਰੇਜ ਸਟੂਡੈਂਟਸ ਨੂੰ ਵੀ ਰੀਸੈਂਟਲੀ ਸਾਡੇ ਜਿਹੜੇ ਹੈਗੇ ਨੇ ਉਹਨਾਂ ਨੂੰ PPR ਰਿਕੁਐਸਟ ਦੇਖਣ ਨੂੰ ਮਿਲੀ ਆ। ਬਟ ਦੂਜੇ ਪਾਸੇ ਆਪਾਂ ਗੱਲ ਕਰੀਏ ਰਿਫਿਊਜ਼ਲ ਦੀ, ਰਿਫਿਊਜ਼ਲ ਨੋਨ SDS ਦੇ ਵਿੱਚ ਰਿਫਿਊਜ਼ਲ ਰੇਟ ਅੱਜ ਵੀ ਥੋੜ੍ਹਾ ਜਿਹਾ ਜ਼ਿਆਦਾ ਵਾ। ਉੱਥੇ ਇੱਕ 'ਚ 5.5 ਵਾਲੇ ਨੂੰ ਵੀ ਵੀਜ਼ਾ ਆ ਰਹੇ ਨੇ, ਬਟ ਇੰਨੇ ਨਹੀਂ ਆ ਰਹੇ ਹੈਗੇ। ਜਿੱਥੇ ਪਾਸ ਪਰਸੈਂਟੇਜ ਬਹੁਤ ਚੰਗੀ ਆ, ਬਹੁਤ ਰੀਸੈਂਟ ਪਾਸ ਆਊਟ ਆ, ਉੱਥੇ ਕੁਛ ਅਪਰੂਵਲ ਦੇਖਣ ਨੂੰ ਮਿਲ ਰਹੇ ਨੇ। PT ਦਾ ਸਕੋਰ ਅਗਰ ਤੁਹਾਡਾ ਬਹੁਤ ਚੰਗਾ ਹੈਗਾ ਵਾ, ਪਾਸ ਪਰਸੈਂਟੇਜ 'ਚ ਤੁਹਾਡੀ ਉੱਪਰ ਹੈਗੀ ਆ, ਉੱਥੇ ਵੀ ਅਪਰੂਵਲ ਦੇਖਣ ਨੂੰ ਮਿਲ ਰਹੇ ਨੇ। ਬਟ ਬਾਕੀ ਆਮ ਤੌਰ 'ਤੇ ਨੋਨ SDS ਦੇ ਵਿੱਚ ਰਿਫਿਊਜ਼ਲ ਰੇਟ ਜ਼ਿਆਦਾ ਵਾ। ਦੂਜੇ ਪਾਸੇ ਆਪਾਂ ਗ੍ਰੈਜੂਏਟ ਸਟੂਡੈਂਟ ਦੀ ਗੱਲ ਕਰੀਏ, ਜਿਨ੍ਹਾਂ 'ਚ SDS ਵਾਲੇ ਸਟੂਡੈਂਟ ਵੀ ਹੈਗੇ ਨੇ, ਬਟ ਅਗਰ ਤੁਹਾਡੀ ਪਾਸ ਪਰਸੈਂਟੇਜ ਘੱਟ ਆ ਔਰ ਤੁਹਾਡਾ ਗੈਪ ਹੈਗਾ ਔਰ ਗੈਪ ਵੀ ਜ਼ਿਆਦਾ ਹੈਗਾ 4-5 ਸਾਲ ਤੋਂ ਜ਼ਿਆਦਾ, ਉੱਥੇ ਅਨਫੋਰਚੁਨੇਟਲੀ ਰਿਫਿਊਜ਼ਲ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। 50-50% ਉੱਥੇ ਹੈਗਾ ਵਾ ਅਪਰੂਵਲ ਵੀ ਆ ਰਹੇ ਨੇ ਔਰ ਰਿਫਿਊਜ਼ਲ ਵੀ ਆ। ਇਹ ਸਿਚੁਏਸ਼ਨ ਸੇਮ ਬਣੀ ਹੋਈ ਆ ਪਿਛਲੇ 7-8 ਮਹੀਨੇ ਤੋਂ ਕੋਵਿਡ ਤੋਂ ਬਾਅਦ। ਕੋਵਿਡ ਤੋਂ ਪਹਿਲਾਂ ਇੱਦਾਂ ਦੇ ਬਹੁਤ ਸਾਰੇ ਐਪਲੀਕੈਂਟ ਸਾਡੇ ਕੋਲ ਸੀਗੇ ਜਿੱਥੇ ਤੁਹਾਨੂੰ PPR ਰਿਕੁਐਸਟ ਦੇਖਣ ਨੂੰ ਮਿਲਦੀਆਂ, ਇਸ ਵਾਰ ਬਹੁਤ ਚੰਗਾ ਅਪਰੂਵਲ ਰੇਟ ਸੀਗਾ। ਇਹ ਦੋ ਕੈਟੇਗਰੀ ਦੇ ਵਿੱਚ ਥੋੜ੍ਹੇ ਜਿਹੇ ਰਿਫਿਊਜ਼ਲ ਨੇ, ਅਦਰਵਾਈਜ਼ ਆਮ ਤੌਰ 'ਤੇ ਜਿਹੜੀ ਹੈਗੀ ਆ ਅਪਰੂਵਲ ਰੇਟ ਇਸ SDS ਕੈਟੇਗਰੀ ਦੇ ਵਿੱਚ, ਜਿੱਥੇ ਤੁਹਾਡੀ ਰੀਸੈਂਟ ਪਾਸ ਆਊਟ ਹੋ, ਚਾਹੇ ਤੁਸੀਂ +2 ਹੋ, ਚਾਹੇ ਤੁਸੀਂ ਗ੍ਰੈਜੂਏਟ ਹੋ, 1-2 ਸਾਲ ਦਾ ਤੁਹਾਡਾ ਗੈਪ ਹੈਗਾ ਵਾ, ਪਾਸ ਪਰਸੈਂਟੇਜ ਚੰਗੀ ਆ, ਪ੍ਰੋਫਾਈਲ ਤੁਹਾਡਾ ਪੋਜ਼ਿਟਿਵ ਆ, ਉੱਥੇ ਵੀਜ਼ਾ ਸਕਸੈਸ ਰੇਟ ਇਜ਼ ਕੁਆਇਟ ਗੁੱਡ। ਅਸੀਂ ਤੁਹਾਨੂੰ ਆਪਣੇ ਕੁਝ ਰੀਸੈਂਟ ਸਟੂਡੈਂਟਸ ਦੇ ਨਾਲ ਇੰਟਰਵਿਊ ਵੀ ਦਿਖਾ ਰਹੇ ਹਾਂ ਹੁਣੇ ਆਪਾਂ ਜਦ ਇਸ ਪ੍ਰੋਗਰਾਮ ਦੇ ਵਿੱਚ, ਔਰ ਜਨਵਰੀ 2023 ਦੀਆਂ ਅਸੀਂ ਐਪਲੀਕੇਸ਼ਨ ਹਲੇ ਵੀ ਪੁੱਟ ਅਪ ਕਰ ਰਹੇ ਹਾਂ ਕੈਨੇਡਾ ਦੇ ਵਿੱਚ। ਅਗਰ ਤੁਹਾਡੀ ਕੋਈ ਐਪਲੀਕੇਸ਼ਨ ਆ, ਜ਼ਰੂਰ ਸਾਡੇ ਨਾਲ ਕੰਸਲਟ ਕਰ ਸਕਦੇ ਹੋ, ਕੋਈ ਰਿਫਿਊਜ਼ਲ ਉਹਦੇ ਬਾਰੇ ਕੰਸਲਟ ਕਰ ਸਕਦੇ ਹੋ। ਸਾਡਾ ਯੂਟਿਊਬ ਦਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਮੈਂ ਰਿਕੁਐਸਟ ਕਰੂੰਗਾ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ। ਦੇਖਦੇ ਹਾਂ ਆਪਾਂ ਸਾਡੇ ਕੁਝ ਰੀਸੈਂਟ ਜਿਹੜੇ ਵੀਜ਼ਾ ਗ੍ਰਾਂਟ ਹੋਏ ਸਟੂਡੈਂਟਸ ਉਹਨਾਂ ਨੂੰ ਇੰਟਰਵਿਊ। ਸਾਡੇ ਨਾਲ 3.5 ਸਟੂਡੈਂਟ ਵੀ ਜਿਨ੍ਹਾਂ ਦਾ ਰੀਸੈਂਟ ਵੀਜ਼ਾ ਆਇਆ ਵਾ, ਮੈਂ ਸੋਚਿਆ ਛੋਟੀ ਜਿਹੀ ਮੁਲਾਕਾਤ ਤੁਹਾਡੀ ਇਹਨਾਂ 3 ਸਟੂਡੈਂਟਸ ਨਾਲ ਕਰਾਈਏ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਵਾਂ ਭਾਨੂਪ੍ਰਿਆ ਨਾਲ। ਭਾਨੂਪ੍ਰਿਆ, ਛੋਟੀ ਇੰਟਰੋਡਕਸ਼ਨ ਆਪਣੇ ਬਾਰੇ ਦਿਓ। ਮੇਰਾ ਨਾਮ ਭਾਨੂਪ੍ਰਿਆ ਅਤੇ ਮੈਂ ਨਵਾਂ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਆਪਣੀ ਜਿਹੜੀ ਗ੍ਰੈਜੂਏਸ਼ਨ ਆ ਉਹ ਮੈਂ BS ਐਗਰੀਕਲਚਰ ਵਿੱਚ ਕੀਤੀ ਸੀ। BS ਐਗਰੀਕਲਚਰ ਕੀਤੀ ਸੀ, ਕਿਹੜੇ ਸਾਲ ਕੀਤੀ ਸੀਗੀ ਸਰ? 2019। ਥੋੜ੍ਹਾ ਗੈਪ ਵੀ ਹੈਗਾ ਤੁਹਾਡਾ, 3 ਸਾਲ ਦਾ ਗੈਪ ਸੀ। ਮੈਨੂੰ ਯਾਦ ਹੈ ਆਏ ਸੀਗੇ ਇਹਨਾਂ ਨੇ ਪਹਿਲਾਂ ਕੋਈ ਆਫਰ ਤੇ ਤੁਹਾਨੂੰ ਮੰਗਵਾਈ ਸੀਗੀ ਜਿਹੜੀ ਬਿਲਕੁਲ ਗਲਤ ਸੀਗੀ, ਪ੍ਰੋਗਰਾਮ ਬਹੁਤ ਮਿਸਮੈਚ ਸੀਗਾ ਤੇ ਇਹਨਾਂ ਦੇ ਪੇਰੈਂਟਸ ਨਾਲ ਆਏ ਸੀਗੇ। ਮੈਂ ਦੱਸਿਆ ਸੀ ਕਿ ਮੈਂ ਇੱਥੇ ਵੀਜ਼ਾ ਦਾ ਚਾਂਸ ਦੇ ਰਹੀ ਲੈਸ ਮੁਬਾਰਕਾਂ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਹੁਣ। ਆਇਲ ਸੈਕਰਸ ਕੋਰਸ ਸੀ ਤੁਹਾਡਾ ਸਰ? 6.5 2020 ਵਿੱਚ। ਅੱਛਾ, ਤੇ ਮੈਂ ਆਰਟਸ ਕੀਤੀ ਉਸ ਤੋਂ ਬਾਅਦ ਤੇ ਮੇਰੇ 7 ਬੈਂਡ ਆਏ ਨੇ। ਅੱਛਾ, ਟੋਟਲ ਓਵਰਆਲ। ਤੇ ਉਸ ਤੋਂ ਬਾਅਦ ਮੈਂ ਸਿਸਟਰ ਨੂੰ ਇੱਥੇ ਲਗਾਈ ਤੋਂ ਮੈਂ ਇੱਥੇ ਲਗਾਈ ਫਾਈਲ ਤੇ। ਹਾਂ, ਤੁਹਾਡੇ ਸਿਸਟਰ ਸਾਡੇ ਕੋਲ ਕਾਫੀ ਸਾਲ ਪਹਿਲਾਂ, 2-3 ਸਾਲ ਪਹਿਲਾਂ ਆਏ ਸੀ। ਤੁਹਾਡਾ ਮੋਂਟਰੀਅਲ ਦਾ ਵੀਜ਼ਾ ਆਇਆ? ਹਾਂਜੀ, 4 ਸਾਲ ਪਹਿਲਾਂ ਮੈਂ ਸਿਸਟਰ ਨੇ ਉੱਥੇ ਲਗਾਇਆ ਸੀ ਤੁਹਾਡੇ ਕੋਲ। ਕਿੰਨੀ ਪਰਸੈਂਟ ਸੀ ਤੁਹਾਡੀ ਪੜ੍ਹਾਈ? ਮੇਰੀ 88% ਸੀ। 88%। ਹੁਣ SDS ਕੁਇਸ ਹੋਵੇ ਔਰ ਤੁਹਾਡੀ ਪਰਸੈਂਟੇਜ ਚੰਗੀ ਹੈ, ਜਿੱਦਾਂ ਮੈਂ ਆਮ ਤੁਹਾਨੂੰ ਲਾਈਵ ਸੈਸ਼ਨ 'ਚ ਵੀ ਦੱਸਦਾ, ਬਾਕੀ ਵੀਡੀਓ 'ਚ ਵੀ, ਫਿਰ ਵੀਜ਼ਾ ਨਾ ਆਉਣ ਦੇ ਚਾਂਸਸ ਬਿਲਕੁਲ ਨਹੀਂ ਹੈਗੇ। ਅਗਰ ਨਹੀਂ ਵੀ ਆਉਣਗੇ ਤਾਂ ਜ਼ਰੂਰ ਅਸੀਂ ਲੜਕੇ ਵੀ ਲੈ ਦਿੰਦੇ ਹਾਂ ਫਿਰ ਵੀਜ਼ਾ, ਠੀਕ ਹੈ ਨਾ? ਪਰ ਜਿੱਥੇ ਤੁਹਾਡੀ ਪਾਸ ਪਰਸੈਂਟੇਜ ਵਿੱਚ ਇਸ਼ੂਜ਼ ਹੈਗੇ ਨੇ, ਹੁਣ ਜ਼ਰੂਰ ਤੁਸੀਂ ਥੋੜ੍ਹੇ ਜਿਹੇ ਤੁਹਾਨੂੰ ਕਿਸਮਤ ਵਾਲੇ ਹੋਣਾ ਪੈਂਦਾ ਵਾ। ਅਤੇ ਕਦ ਲੱਗੀ ਤੁਹਾਡੀ ਫਾਈਲ? ਮੇਰੀ ਸਰ ਫਰਵਰੀ ਵਿੱਚ ਲੱਗੀ ਸੀ ਅਤੇ ਮਾਰਚ 'ਚ ਮੇਰੀ ਬਾਇਓਮੈਟ੍ਰਿਕਸ ਹੋਈ। ਮਾਰਚ ਬਾਇਓਮੈਟ੍ਰਿਕ ਹੋਈ ਸੀ, ਚਲੋ ਬਹੁਤ ਵਧੀਆ, ਮੁਬਾਰਕਾਂ ਤੁਹਾਨੂੰ। ਥੈਂਕ ਯੂ। ਤੁਹਾਡਾ ਸਚਿਨ, ਤੁਹਾਡੇ ਬਾਰੇ ਥੋੜ੍ਹਾ ਦੱਸੋ ਸਾਨੂੰ। ਮੇਰਾ ਨਾਮ ਸਚਿਨ ਹੈ, ਮੈਂ ਜਲੰਧਰ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਂ +2 ਕੀਤੀ 2021 ਅਤੇ ਮੇਰੇ ਪਰਸੈਂਟੇਜ ਸੀਗੇ 59। ਮੇਰੇ ਮੈਥ 'ਚ 49 ਸੀਗੇ ਨੰਬਰ, ਅਤੇ ਜਿਸ ਕਰਕੇ ਮੇਰਾ ਕੇਸ ਬਹੁਤ ਵੀਕ ਹੁੰਦਾ ਸੀਗਾ।
आईएलटीएस स्कोर कितना सी है? आईएलटीस स्कोर मेरा 6.5 नॉट एज़ इन 6 गुड। उन्होंने ये बच्चा रखी है एसपीएस केसी का, हालांकि पास परसेंटेज काटा और कोर सब्जेक्ट भी काटा, इतनी थोड़ी किस्मत बुलंद होने के लिए। पहले अटेम्प्ट से थोड़ा वीजा आया हां, फर्स्ट अटेम्प्ट वेरी गुड। ये बच्चा वैंकूवर से ले आया तो बहुत खुशी होंगी जब स्टूडेंट से वीजा आते हैं। मैं दस्या हम दस हाँ अगर थोड़ी पास परसेंटेज चंगी है फिर वीजा लेने चांस वेरी वेरी ब्राइट, थोड़े प्रोफाइल की बहुत पॉजिटिविटी हो जाती है और एस डी एस का केस है फिर तुम होर भी पॉजिटिव हो जाता है। तो मुबारक तुम तिना तिना ही हम सितंबर सैशन तेना मई अड्डे भी लगे से फाइल बट क्योंकि लेट हो गए अजकल रिजल्ट बहुत लेट आ रहे हैं तो अप्रोक्सीमेट इन्हों सारा मिल लगा 3 to 3.5 महीने सारा मिल लगे मुबारक एक बार फिर तुम सारे और विश करना कि जो सुपने लेने चाहता जाके जो थोड़े सुपने।